ਪੰਜਾਬੀ ਗਾਇਕ ਕਰਨ ਔਜਲਾ ਅੱਜ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ। ਕਰਨ ਔਜਲਾ ਭਾਵੇਂ ਹੀ ਅੱਜ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ, ਪਰ ਬਚਪਨ ਤੋਂ ਲੈ ਕੇ ਹੀ ਉਹਨਾਂ ਨੇ ਕਈ ਤਰ੍ਹਾਂ ਦੀਆਂ ਤਕਲੀਫਾਂ ਦਾ ਸਾਹਮਣਾ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਕਰਨ ਔਜਲਾ ਮਹਿਜ 9 ਸਾਲ ਦੇ ਸੀ ਜਦੋਂ ਉਹਨਾਂ ਦੇ ਮਾਪਿਆਂ ਦੀ ਮੌਤ ਹੋ ਗਈ ਸੀ। ਕਰਨ ਔਜਲਾ ਦੇ ਲਈ ਇਹ ਸਭ ਤੋਂ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਹਨਾਂ ਦੇ ਚਾਚਾ ਅਤੇ ਭੈਣਾਂ ਨੇ ਹੀ ਪਾਲਿਆ। ਬਚਪਨ ਤੋਂ ਹੀ ਲਿਖਣ ਅਤੇ ਗਾਉਣ ਦਾ ਸ਼ੌਂਕ ਰੱਖਦੇ ਕਰਨ ਔਜਲਾ ਦੀ ਮੁਲਾਕਾਤ ਇੱਕ ਵਿਆਹ ਦੇ ਫੰਕਸ਼ਨ ਦੇ ਦੌਰਾਨ ਜੱਸੀ ਗਿੱਲ ਦੇ ਨਾਲ ਹੋਈ ਸੀ। ਇਸ ਤੋਂ ਬਾਅਦ ਕਰਨ ਔਜਲਾ ਪੜ੍ਹਾਈ ਦੇ ਲਈ ਕੈਨੇਡਾ ਚਲੇ ਗਏ ਅਤੇ ਕੈਨੇਡਾ ਤੋਂ ਹੀ ਉਹਨਾਂ ਨੇ ਆਪਣਾ ਪਹਿਲਾ ਗੀਤ ਸੈੱਲਫੋਨ ਕੱਢਿਆ। ਹਾਲਾਂਕਿ ਇਹ ਗੀਤ ਭਾਵੇਂ ਬਹੁਤਾ ਨਹੀਂ ਚੱਲਿਆ, ਪਰ ਉਸ ਤੋਂ ਬਾਅਦ ਦੀਪ ਚੰਡੂ ਦੇ ਨਾਲ ਆਏ ਕਈ ਗੀਤਾਂ ਨੇ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਅੱਜ ਕਰਨ ਔਜਲਾ ਸਪੋਟੀਫਾਈ 'ਤੇ ਸੁਣੇ ਜਾਣ ਵਾਲੇ ਸਭ ਤੋਂ ਵੱਧ ਪੰਜਾਬੀ ਗਾਇਕਾਂ ਦੇ ਵਿੱਚ ਸ਼ੁਮਾਰ ਹੈ। ਜਸਕਰਨ ਸਿੰਘ ਔਜਲਾ ਤੋਂ ਨਾਂ ਬਦਲ ਕੇ ਕਰਨ ਔਜਲਾ ਰੱਖਣ ਵਾਲੇ ਇਸ ਨੌਜਵਾਨ ਨੇ ਆਪਣੇ ਕਈ ਸੁਪਰ ਡੁਪਰ ਹਿੱਟ ਗੀਤਾਂ ਦੇ ਨਾਲ ਦੁਨੀਆ ਭਰ ਦੇ ਵਿੱਚ ਵੱਖਰੀ ਪਹਿਚਾਣ ਬਣਾਈ ਹੈ। ਹਾਲਾਂਕਿ ਇਸ ਸਫ਼ਰ ਦੇ ਦੌਰਾਨ ਕਰਨ ਔਜਲਾ ਦੇ ਨਾਲ ਕਈ ਵਿਵਾਦ ਵੀ ਜੁੜੇ ਹੋਏ ਨੇ। ਚਾਹੇ ਇਹ ਵਿਵਾਦ ਸਿੱਧੂ ਮੂਸੇਵਾਲੇ ਦੀ ਜਿਗਰੀ ਜਾਰੀ ਤੋਂ ਬਾਅਦ ਪੈ ਗਈ ਫਿੱਕ ਦਾ ਹੋਵੇ ਜਾਂ ਫਿਰ ਕੁਝ ਹੋਰ ਮਿਊਜ਼ਿਕ ਡਾਇਰੈਕਟਰਾਂ ਦੇ ਨਾਲ ਹੋਈ ਅਣਬਣ ਦਾ ਹੋਵੇ। ਦੱਸਿਆ ਜਾਂਦਾ ਹੈ ਕਿ ਕਰਨ ਔਜਲਾ ਇਸ ਵੇਲੇ 30 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਅਤੇ ਇੱਕ ਗੀਤ ਦੇ ਲਈ ਉਹ ਲੱਖਾਂ ਰੁਪਈਆ ਫੀਸ ਵੀ ਲੈਂਦੇ ਨੇ। ਪੰਜਾਬੀ ਗਾਇਕ ਕਰਨ ਔਜਲਾ ਅੱਜ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਨੇ। ਕਰਨ ਔਜਲਾ ਭਾਵੇਂ ਹੀ ਅੱਜ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ, ਪਰ ਬਚਪਨ ਤੋਂ ਲੈ ਕੇ ਹੀ ਉਹਨਾਂ ਨੇ ਕਈ ਤਰ੍ਹਾਂ ਦੀਆਂ ਤਕਲੀਫਾਂ ਦਾ ਸਾਹਮਣਾ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਕਰਨ ਔਜਲਾ ਮਹਿਜ 9 ਸਾਲ ਦੇ ਸੀ ਜਦੋਂ ਉਹਨਾਂ ਦੇ ਮਾਪਿਆਂ ਦੀ ਮੌਤ ਹੋ ਗਈ ਸੀ। ਕਰਨ ਔਜਲਾ ਦੇ ਲਈ ਇਹ ਸਭ ਤੋਂ ਵੱਡਾ ਝਟਕਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਔਜਲਾ ਨੂੰ ਉਹਨਾਂ ਦੇ ਚਾਚਾ ਅਤੇ ਭੈਣਾਂ ਨੇ ਹੀ ਪਾਲਿਆ। ਬਚਪਨ ਤੋਂ ਹੀ ਲਿਖਣ ਅਤੇ ਗਾਉਣ ਦਾ ਸ਼ੌਂਕ ਰੱਖਦੇ ਕਰਨ ਔਜਲਾ ਦੀ ਮੁਲਾਕਾਤ ਇੱਕ ਵਿਆਹ ਦੇ ਫੰਕਸ਼ਨ ਦੇ ਦੌਰਾਨ ਜੱਸੀ ਗਿੱਲ ਦੇ ਨਾਲ ਹੋਈ ਸੀ। ਇਸ ਤੋਂ ਬਾਅਦ ਕਰਨ ਔਜਲਾ ਪੜ੍ਹਾਈ ਦੇ ਲਈ ਕੈਨੇਡਾ ਚਲੇ ਗਏ ਅਤੇ ਕੈਨੇਡਾ ਤੋਂ ਹੀ ਉਹਨਾਂ ਨੇ ਆਪਣਾ ਪਹਿਲਾ ਗੀਤ ਸੈੱਲਫੋਨ ਕੱਢਿਆ। ਹਾਲਾਂਕਿ ਇਹ ਗੀਤ ਭਾਵੇਂ ਬਹੁਤਾ ਨਹੀਂ ਚੱਲਿਆ, ਪਰ ਉਸ ਤੋਂ ਬਾਅਦ ਦੀਪ ਚੰਡੂ ਦੇ ਨਾਲ ਆਏ ਕਈ ਗੀਤਾਂ ਨੇ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਅੱਜ ਕਰਨ ਔਜਲਾ ਸਪੋਟੀਫਾਈ 'ਤੇ ਸੁਣੇ ਜਾਣ ਵਾਲੇ ਸਭ ਤੋਂ ਵੱਧ ਪੰਜਾਬੀ ਗਾਇਕਾਂ ਦੇ ਵਿੱਚ ਸ਼ੁਮਾਰ ਹੈ। ਜਸਕਰਨ ਸਿੰਘ ਔਜਲਾ ਤੋਂ ਨਾਂ ਬਦਲ ਕੇ ਕਰਨ ਔਜਲਾ ਰੱਖਣ ਵਾਲੇ ਇਸ ਨੌਜਵਾਨ ਨੇ ਆਪਣੇ ਕਈ ਸੁਪਰ ਡੁਪਰ ਹਿੱਟ ਗੀਤਾਂ ਦੇ ਨਾਲ ਦੁਨੀਆ ਭਰ ਦੇ ਵਿੱਚ ਵੱਖਰੀ ਪਹਿਚਾਣ ਬਣਾਈ ਹੈ। ਹਾਲਾਂਕਿ ਇਸ ਸਫ਼ਰ ਦੇ ਦੌਰਾਨ ਕਰਨ ਔਜਲਾ ਦੇ ਨਾਲ ਕਈ ਵਿਵਾਦ ਵੀ ਜੁੜੇ ਹੋਏ ਨੇ। ਚਾਹੇ ਇਹ ਵਿਵਾਦ ਸਿੱਧੂ ਮੂਸੇਵਾਲੇ ਦੀ ਜਿਗਰੀ ਜਾਰੀ ਤੋਂ ਬਾਅਦ ਪੈ ਗਈ ਫਿੱਕ ਦਾ ਹੋਵੇ ਜਾਂ ਫਿਰ ਕੁਝ ਹੋਰ ਮਿਊਜ਼ਿਕ ਡਾਇਰੈਕਟਰਾਂ ਦੇ ਨਾਲ ਹੋਈ ਅਣਬਣ ਦਾ ਹੋਵੇ। ਦੱਸਿਆ ਜਾਂਦਾ ਹੈ ਕਿ ਕਰਨ ਔਜਲਾ ਇਸ ਵੇਲੇ 30 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਅਤੇ ਇੱਕ ਗੀਤ ਦੇ ਲਈ ਉਹ ਲੱਖਾਂ ਰੁਪਈਆ ਫੀਸ ਵੀ ਲੈਂਦੇ ਨੇ।